ਆਸਟ੍ਰੇਲੀਆ ਤੋਂ 6 ਸਾਲਾਂ ਬਾਅਦ ਬਿਨਾਂ ਦੱਸੇ ਅਚਾਨਕ ਬਜ਼ੁਰਗਾਂ ਨੂੰ ਸਰਪ੍ਰਾਈਜ਼ ਦੇਣ ਲਈ ਇਹ ਪੰਜਾਬੀ ਪਰਿਵਾਰ ਪਿੰਡ ਜਾਂਦਾ ਤੇ ਬੇਬੇ ਬਾਪੂ ਜੋ ਹਵੇਲੀ 'ਚ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅੱਜ ਪਰਿਵਾਰ ਨੇ ਆਉਣਾ। ਤਾਂ ਦੋਸਤੋ ਸਭ ਤੋਂ ਪਹਿਲਾਂ ਛੋਟਾ ਬੱਚਾ ਸਾਈਡ ਵਾਲੀ ਬਾਰੀ ਥਾਣੀ ਬਾਪੂ ਨੂੰ ਆਵਾਜ਼ ਮਾਰਦਾ। ਤਾਂ ਜਦੋਂ ਬਜ਼ੁਰਗ ਆਵਾਜ਼ ਸੁਣਦੇ ਨੇ ਤਾਂ ਉਹ ਝੱਟਦੇ ਨੇ ਬੂਹਾ ਖੋਲਦੇ ਨੇ ਤੇ ਵੇਖੋ ਕਿਵੇਂ ਸਾਰੇ ਪਰਿਵਾਰ ਨੂੰ ਚਾਹ ਚੜ ਜਾਂਦਾ, ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ। ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। 6 ਸਾਲ ਬਾਅਦ ਆਸਟ੍ਰੇਲੀਆ ਤੋਂ ਆਏ ਨੇ ਤੇ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਕਿ ਅਸੀਂ ਅੱਜ ਆਉਣਾ। ਅਚਾਨਕ ਹੀ ਇੰਨੀ ਵੱਡੀ ਖੁਸ਼ੀ ਪਰਿਵਾਰ ਨੂੰ ਦਿੱਤੀ ਏ ਤੇ ਸਾਰਿਆਂ ਦੇ ਚਿਹਰੇ ਤੇ ਇੱਕਦਮ ਇੰਨੀ ਖੁਸ਼ੀ ਆ ਗਈ ਏ। ਵੀਡੀਓ ਦੇ ਬਾਰੇ 'ਚ ਲੋਕਾਂ ਨੇ ਕੀ ਕਿਹਾ ਤੁਸੀਂ ਉਹ ਵੀ ਅੱਗੇ ਜ਼ਰੂਰ ਵੇਖਿਓ। ਪਹਿਲੇ ਲਿਖਿਆ, ਮੇਰਾ ਵੀ ਸੁਪਨਾ ਸੀ ਐਵੇਂ ਹੀ ਪਿੰਡ ਜਾਵਾਂ, ਬਟ ਜਿਹੜੀ ਸਾਰਿਆਂ ਤੋਂ ਪਿਆਰੀ ਨਾਨੀ ਮਾਂ ਸੀ ਉਹ ਚੱਲ ਵਸੀ। ਅਗਲੇ ਲਿਖਿਆ, ਇੱਥੇ ਆ ਕੇ ਤਾਂ ਸੱਚੀ ਫਸ ਹੀ ਗਏ ਆ। ਅਗਲੇ ਲਿਖਿਆ, ਮਾਵਾਂ ਨੂੰ ਤਾਂ ਫਿਰ ਏਦਾਂ ਹੀ ਚਾਹ ਚੜਦਾ ਬੱਚਿਆਂ ਦਾ, ਚਾਹੇ ਫਿਰ ਉਹ 2 ਸਾਲ ਬਾਅਦ ਆਉਣ ਜਾਂ 2 ਦਿਨ ਬਾਅਦ। ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਓ। Oh my God.